अज लंघे जाते इसते रास्ते दे विच सानू एक झोना लाने वाली मशीन दिखाई दी। भाई जी गल करिए जी मशीन हैगी है डीजल ते चलती है जां पेट्रोल ते चलती है? डीजल ते चलती है। घंटे का एक किले का लीटर की खाने? एक लीटर दे डीजल दे नाल एक किला झोने दा ला दिंदी है। कमाल की गल है। तो भाई पूरे दिन की मैं गल करा, पूरे दिन विच किन्ने किले लग जांदे? 12-13 किले ला दें। एक दिन दे विच 12-13 किले मतलब ये ला दिंदी है। तो भाई पैसे की किन्नी क बचत हो जाती है? जिवें आम तौर पर हुण रेट की गल करिए झोने का 4,000-4,500 रेट चल रहा। दूजी मशीन नाल पूरा वधिया कामयाब सौदा जी, पिंड च बंदे 2-4 नाल किले होण पूरी वधिया चीज़ है जी। भाई जे मैं गल करा पनीरी की, है ना, पनीरी जिम्मे ट्रे वांगू जिम्मे तैयार की होंगी उस तरीके की पनीरी, फिर स्पैशल ये बीजनी पैंती है? पनीरी वाली मशीन आ गई जी बीजने वाली। पहला तो अं फर्मे बीजते थे, उदों तो यानी कि 12-13 जन तो असा 10 किले बीजी जाती। हूँ तो भला शाम तक 200-300 किले की बीज पनीरी दो बंदे बीज देंगे। भाई जे मैं गल करा जिम्मे ना आम तौर पर जो लेबर होंगी तो कला डक्का लाने होंगे, ये फिर मशीन भी कला डक्का लाँदी है? यदि भला एक कर लो, दो कर लो, 4 कर लो, डूंगा जिन्ना मर्जी कर लो उन्नी लाने। जिन्ने तुम बनती दो दे बनती चार दे बनती उन्नी लाने। भाई एक ना होर लोगों का सवाल होंगे जेडे आम साडे किसान भरा है कि झाड़ का कितना कितने फर्क पैंदा, कि झाड़ का वाकई फर्क पैंदा जे लेबर झोना लाउंदी है जे मशीन लाउंदी है, ते मुकाबले कोई अंतर देखने को मिलता है? झाड़ इहदा वधदा जी। हाँ जी हाँ जी झाड़ वधदा। बाकी ये है जी इहदे विच हवा पैंदी रहिंदी, ओरियां दे विच ਉਰੇ ਬਾਈ ਦੀ ਰੇ ਸਪਰੇ ਕਰਨੀ ਆ, ਉਰੇ ਬਾਈ ਦੀ ਬੰਦਾ ਤੁਰਿਆ ਜਾਂਦਾ ਉਹ ਨਹੀਂ ਬੂਟੇ ਤੋੜਦੇ। ਅੱਜ ਲੰਘੇ ਜਾਂਦੇ ਸੀ ਤੇ ਰਾਸਤੇ ਦੇ ਵਿੱਚ ਸਾਨੂੰ ਇੱਕ ਝੋਨਾ ਲਾਉਣ ਵਾਲੀ ਮਸ਼ੀਨ ਦਿਖਾਈ ਦਿੱਤੀ। ਮਸ਼ੀਨ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਵੇਂ ਇਹ ਕੰਮ ਕਰਦੀ ਹੈ, ਡੀਜ਼ਲ ਤੇ ਚੱਲਦੀ ਹੈ, ਪੈਟਰੋਲ ਤੇ ਚੱਲਦੀ ਹੈ, ਇੱਕ ਘੰਟੇ ਦੇ ਵਿੱਚ ਕਿੰਨਾ ਝੋਨਾ ਲਾਉਂਦੀ ਹੈ, ਕਿੰਨਾ ਖਰਚ ਆਉਣ ਵਾਲਾ, ਕਿੰਨੇ ਤੁਹਾਡੇ ਪੈਸੇ ਦੀ ਬਚਤ ਹੋਣ ਵਾਲੀ ਹੈ, ਪੂਰੀ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਜੋ ਕਿ ਝੋਨਾ ਲਾਉਣ ਵਾਲੀ ਮਸ਼ੀਨ ਆ ਉਹਦੇ ਬਾਰੇ। ਅਤੇ ਬਾਈ ਸੁਖਜਿੰਦਰ ਸਿੰਘ ਛਿੰਦਾ ਜੀ ਮੇਰੇ ਨਾਲ ਮੌਜੂਦ ਨੇ, ਗੱਲਬਾਤ ਬਾਈ ਦੇ ਨਾਲ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮਸ਼ੀਨ ਦੀ ਆਪਾਂ ਗੱਲ ਕਰੀਏ, ਕੀਮਤ ਕਿੰਨੀ ਹੈਗੀ ਆ ਮਸ਼ੀਨ ਦੀ? ਇਹ ਜੀ ਅਸੀਂ ਉਦੋਂ ਲਈ ਸੀ 12.5 ਲੱਖ ਰੁਪਏ ਦੀ ਨਵੀਂ ਜੀ, ਅੱਜ ਤੋਂ 4-5 ਸਾਲ ਪਹਿਲਾਂ, ਹੁਣ ਹੋਊਗੀ 13-13.5 ਲੱਖ ਰੁਪਏ। ਹਾਂਜੀ ਬਾਈ ਜੇ ਗੱਲ ਕਰੀਏ ਤਾਂ ਜਿਹੜੀ ਮਸ਼ੀਨ ਹੈਗੀ ਹੈ ਡੀਜ਼ਲ 'ਤੇ ਚੱਲਦੀ ਹੈ ਜਾਂ ਪੈਟਰੋਲ 'ਤੇ ਚੱਲਦੀ ਹੈ? ਡੀਜ਼ਲ 'ਤੇ ਚੱਲਦੀ। ਹਾਂਜੀ ਇਹ ਘੰਟੇ ਦਾ 1 ਕਿਲੇ ਦਾ ਲੀਟਰ ਕੀ ਖਾਂਦਾ? ਹਾਂਜੀ 1 ਲੀਟਰ ਦੇ ਡੀਜ਼ਲ ਦੇ ਨਾਲ 1 ਕਿਲਾ ਝੋਨੇ ਦਾ ਲਾ ਦਿੰਦੀ ਹੈ। ਕਮਾਲ ਦੀ ਗੱਲ ਹੈ। ਅਤੇ ਬਾਈ ਪੂਰੇ ਦਿਨ ਦੀ ਮੈਂ ਗੱਲ ਕਰਾਂ, ਪੂਰੇ ਦਿਨ ਵਿੱਚ ਕਿੰਨੇ ਕਿਲੇ ਲੱਗ ਜਾਂਦੇ? 12-13 ਕਿਲੇ ਲਾਉਂਦੇ। ਹਾਂਜੀ ਇੱਕ ਦਿਨ ਦੇ ਵਿੱਚ 12-13 ਕਿਲੇ ਮਤਲਬ ਇਹ ਲਾ ਦਿੰਦੀ ਹੈ। ਅਤੇ ਬਾਈ ਪੈਸੇ ਦੀ ਕਿੰਨੀ ਕੁ ਬੱਚਤ ਹੋ ਜਾਂਦੀ ਹੈ? ਜਿਵੇਂ ਆਮ ਤੌਰ 'ਤੇ ਹੁਣ ਰੇਟ ਦੀ ਗੱਲ ਕਰੀਏ ਝੋਨੇ ਦਾ 4,000-4,500 ਰੇਟ ਚੱਲ ਰਿਹਾ, ਤਾਂ ਕਿੰਨੇ ਕੁ ਪੈਸੇ ਦੀ ਬੱਚਤ ਹੋ ਜਾਂਦੀ? ਅਸੀਂ 6-7 ਜਣੇ ਹੁੰਦੇ ਹਾਂ ਜੀ, ਵੇਖ ਲਓ ਵੀ 7 ਜਣੇ 12 ਕਿਲੇ ਲਾ ਦਿੰਦੇ ਹਾਂ, ਅਤੇ ਆਮ 7 ਜਣੇ ਤੋਂ ਕਿਲਾ ਨਹੀਂ ਲੱਗਦਾ। ਇੱਕ ਵਾਰੀ ਪੈਸੇ ਲਾਉਣ ਦੀ ਲੋੜ ਆ, ਮੁੜ ਕੇ ਝਾਕਣ ਦੀ ਲੋੜ ਨਹੀਂ। ਅਤੇ ਬਾਈ ਕਿੰਨਾ ਟਾਈਮ ਮੰਨ ਲਓ ਮਸ਼ੀਨ ਚੱਲ ਜਾਂਦੀ ਹੈ? 2 ਸਾਲ 4 ਸਾਲ 5 ਸਾਲ ਕਿੰਨਾ ਟਾਈਮ ਨਹੀਂ ਮਰਦੀ? ਇਹਦੀ ਰਿਪੇਅਰ ਕਰਾਉਣੀ ਪੈਂਦੀ ਹੈ, ਬਸ ਸ਼ੂਟਰਾਂ ਦੀ ਆ ਜਿਹੜੇ ਮਗਰ ਆ ਗਏ, ਹੋਰ ਇਹਨੂੰ ਕੋਈ ਚੱਕਰ ਨਹੀਂ ਗਾ ਜੀ। ਪਰ ਮੱਕੇਰਾਂ ਲੱਗਦਾ ਗਾ 20-30 ਹਜ਼ਾਰ ਰੁਪਇਆ ਵੱਧ ਤੋਂ ਵੱਧ 50,000 ਦੋ ਸਾਲਾਂ ਬਾਅਦ, ਮੁੜ ਕੇ ਕੋਈ ਚੱਕਰ ਨਹੀਂ, ਊਂ ਚੱਲੀ ਜਾਂਦੀ ਵਧੀਆ। ਸਾਡੇ ਕੋਲ 5-5 ਸਾਲ ਆ ਜਾਂਦੇ। ਹਾਂਜੀ ਬਾਈ ਹੁਣ ਤੱਕ ਤੁਸੀਂ ਮਤਲਬ ਕਿੰਨੇ ਕਿਲੇ ਲਾ ਚੁੱਕੇ ਹੋ? ਆਪਦੀ ਪੈਲੀ ਤੁਹਾਡੀ ਹੈਗੀ, ਆਪਦੀ ਤੁਸੀਂ ਝੋਨਾ ਲਾਉਣੇ ਹੋ? ਅਸੀਂ ਐਰਕੀ ਵਾਰ ਜੀ 250-300 ਕਿਲਾ ਲਾਤਾ ਜੀ, ਆਪਦਾ ਹੀ ਲਾਇਆ। ਹਾਂਜੀ ਸਾਡੇ ਕੋਲ 2 ਮਸ਼ੀਨਾਂ ਇਹਦੇ ਨਾਲ। ਹਾਂਜੀ ਬਾਈ 1 ਲੀਟਰ ਦੇ ਨਾਲ ਇਹ ਗੱਲ ਸੱਚੀ ਵੀ 1 ਲੀਟਰ ਦੇ ਨਾਲ 1 ਕਿਲਾ ਲਾ ਦਿੰਦੀ ਹੈ? ਹਾਂਜੀ ਇਹ ਗੱਲ ਸੱਚੀ ਹੈ, 1 ਕਿਲਾ ਹੀ ਲਾਉਂਦੀ ਹੈ 1 ਲੀਟਰ ਨੇ, 12 ਕੁ ਲੀਟਰ ਖਾਂਦੀ ਹੈ, 12-13 ਕਿਲੇ ਲਾਉਂਦੀ ਡੈਡੀ ਦੀ। ਬਾਈ ਜੇ ਮੈਂ ਗੱਲ ਕਰਾਂ ਪਨੀਰੀ ਦੀ, ਹੈ ਨਾ, ਪਨੀਰੀ ਜਿਵੇਂ ਤੁਸੀਂ ਟਰੇ ਵਾਂਗੂ ਜਿਵੇਂ ਤਿਆਰ ਕੀਤੀ ਹੁੰਦੀ ਉਸ ਤਰੀਕੇ ਦੀ ਪਨੀਰੀ, ਫਿਰ ਸਪੈਸ਼ਲ ਇਹਦੇ ਲਈ ਬੀਜਣੀ ਪੈਂਦੀ ਹੈ? ਇਹ ਪਨੀਰੀ ਵਾਲੀ ਮਸ਼ੀਨ ਆ ਗਈ ਜੀ ਬੀਜਣ ਵਾਲੀ। ਪਹਿਲਾਂ ਤਾਂ ਅਸੀਂ ਫਰਮੇ 'ਤੇ ਬੀਜਦੇ ਸੀਗੇ, ਉਦੋਂ ਤਾਂ ਯਾਨੀ ਕਿ 12-13 ਜਣਿਆਂ ਤੋਂ ਅਤੇ ਅਸੀਂ 10 ਕੁ ਕਿਲਾ ਹੀ ਬੀਜੀ ਜਾਂਦੀ ਸੀ। ਹੁਣ ਤਾਂ ਭਲਾ ਸ਼ਾਮ ਤੱਕ 200-300 ਕਿਲੇ ਦੀ ਬੀਜਦੀ ਪਨੀਰੀ, ਦੋ ਬੰਦੇ ਬੀਜ ਦਿੰਦੇ। ਬਾਈ ਜੇ ਮੈਂ ਗੱਲ ਕਰਾਂ ਜਿਵੇਂ ਨਾ ਆਮ ਤੌਰ 'ਤੇ ਜਿਹੜੇ ਲੇਬਰ ਹੁੰਦੀ ਹੈ ਤਾਂ ਕੱਲਾ ਡੱਕਾ ਲਾਉਂਦੇ ਹੁੰਦੇ ਆ, ਇਹ ਫਿਰ ਮਸ਼ੀਨ ਵੀ ਕੱਲਾ ਡੱਕਾ ਲਾਉਂਦੀ ਹੈ? ਇਹਦਾ ਭਲਾ ਜੀ 1 ਕਰ ਲਓ, 2 ਕਰ ਲਓ, 4 ਕਰ ਲਓ, ਡੂੰਘਾ ਜਿੰਨਾ ਮਰਜ਼ੀ ਕਰ ਲਓ ਉਨਾ ਹੀ ਲਾਉਣੇ। ਜਿੰਨੇ ਤੁਸੀਂ ਬਣਤੀ ਦੋ ਦੇ ਬਣਤੀ ਚਾਰਾਂ ਦੇ ਬਣਤੀ ਉਨਾ ਹੀ ਲਾਉਣੇ। ਹਾਂਜੀ ਬਾਈ ਇੱਕ ਨਾ ਹੋਰ ਲੋਕਾਂ ਦਾ ਸਵਾਲ ਹੁੰਦਾ ਜਿਹੜੇ ਆਮ ਸਾਡੇ ਕਿਸਾਨ ਭਰਾ ਹੈਗੇ ਕਿ ਝਾੜ ਦਾ ਕਿਤੇ ਨਾ ਕਿਤੇ ਫਰਕ ਪੈਂਦਾ, ਕਿ ਝਾੜ ਦਾ ਵਾਕਈ ਫਰਕ ਪੈਂਦਾ ਜੇ ਲੇਬਰ ਝੋਨਾ ਲਾਉਂਦੀ ਹੈ ਜਾਂ ਮਸ਼ੀਨ ਲਾਉਂਦੀ ਹੈ, ਤੇ ਮੁਕਾਬਲੇ ਕੋਈ ਅੰਤਰ ਦੇਖਣ ਨੂੰ ਮਿਲਦਾ? ਝਾੜ ਇਹਦਾ ਵੱਧਦਾ ਜੀ। ਹਾਂਜੀ ਹਾਂਜੀ ਝਾੜ ਵੱਧਦਾ ਇਹਦਾ। ਬਾਕੀ ਇਹ ਆ ਜੀ ਇਹਦੇ ਵਿੱਚ ਹਵਾ ਪੈਂਦੀ ਰਹਿੰਦੀ ਓਰਿਆਂ ਦੇ ਵਿੱਚ ਦੀ, ਓਰਿਆਂ ਬਾਈ ਦੀ ਰੇ ਸਪਰੇ ਕਰਨੀ ਆ, ਓਰਿਆਂ ਬਾਈ ਦੀ ਬੰਦਾ ਤੁਰਿਆ ਜਾਂਦਾ ਉਹ ਨਹੀਂ ਬੂਟੇ ਤੋੜਦੇ ਗੇ। ਆਮ ਆਪਣੇ ਜਿਹੜਾ ਝੋਨਾ ਲੱਗਾ ਹੁੰਦਾ ਉਹ ਬੂਟੇ ਦੇ ਪੈਰ ਧਰਿਆ ਜਾਂਦਾ, ਉਧਰੋਂ ਰੇਹ ਪਾਉਂਦਾ ਹੁੰਦਾ ਬੰਦਾ, ਉਦੋਂ ਪੈਰ ਥੱਲੇ ਦਾ ਦੇਖਦਾ ਨਹੀਂ, ਝਾੜ ਦਾ ਪੂਰਾ ਹੀ ਫਰਕ ਪੈਂਦਾ।
आम तौर पर तो फिर आप भी गल कह सकते कि जो 12-13 लाख रुपया कोई किसान साडा भरा लाउंदा है मशीन लिया तो पहले 2 सीजन के मेरे हिसाब से पैसे मशीन के पूरे हो जाएंगे पूरा वधिया जी दूजी अपनी वढ़न वाली नाउ कामयाब है तूड़ी वाली नाउ कामयाब ढोल पहला अपन भराने पैदा डीजल के यदा कोई चक्कर नहीं एक ड्रम भरा लिया वा वेखन की लड़ नहीं अपना 2-4 जने पिंड रल के बंदे ले आने वधिया चीज़ हाँ जी हाँ जी हाँ जी पैसे पूरे होंगे जी 2 सीजन सीजन च पैसे पूरे कर देंगे हाँ जी सो किसान भरावो हुण तुसीं ना तूड़ी वाली बनाने वाले मशीनों नूं भुल जाओगे कंबाइना तुसीं भुल जाओगे जे कि तुसीं आह मशीन ले आंदी तो ये झोना लाने वाली मशीन है तो बाई साडा कहिंदा ना भी 1 लीटर खाँदी है तो 1 लीटर दे डीजल दे नाल 1 घंटे च मान लो किला ला दिंदे आ झोने का तो आम तौर पर तुसीं उहना रेट सुनिया हो कि लेबर का जिहड़ा रेट है 4000 to 4500 रुपये चलता है तो यह मशीन आथण नूं बाई कहिंदा 12-13 किले ला दिंदी है 7 असीं बंदे होंने जो पनीरी भी बाई लैके आउंदे आ पनीरी तुसीं देख सकते हो ट्रेयां दे विच तैयार होंदी है तो उस हिसाब नाल पैंदी है तो बाई कहिंदा डीजल ते चलदी है बस एक रिपेयर जरूर है जो कि हर सीजन रिपेयर करवानी पैंदी है तो होर कोई समस्या नहीं तो मैं तुहानूं होर भी मशीन बारे दिखाऊंगा बई एक तो दस दूं भी डीजल इहदा कित्थे पैंदा है तो स्टार्ट ऑन ऑफ कित्थों हुंदी है